ਪਾਕ ਪਰੇ ਪਗਾ ਚਾਨੇ ਤੇ ਪਹੁੰਚੇ ਨੇ ਸਭ ਨੂੰ ਇਸੇ ਸ਼ਾਹੀ ਦਰਬਾਰ ਤੇ ਖੁਸ਼ਾਮਦੀ ਕਹਿੰਦੇ ਨੇ ਪਵਨ ਪੁੱਤਰ ਹਨੂਮਾਨ ਕੇ ਮੰਦਿਰ ਮੇ ਚਾਂਦ ਸਿਤਾਰੇ ਘੁੰਮਦੇ ਦੇਖੇ ਹੈ पवन पुत्र हनुमान के मंदिर में चांद सितारे घूमते देखे हैं उनके नाम की ऐसी मस्ती है कि सारे भक्त झूमते देखे हैं और सचमुच तुसी बेला झूम रहे हो उन्हां दे नाम दा अमृत पान करते पे हो सानू भी हुक्म होया इस शाही दरबार इस शाही मंदिर से हाजिर होना तो शुक्राना जी महावीर क्लब फिलौ और वैसे भी कहने की मां दे दुलारिया नु भगता प्यारिया साडे वल्लों साडी पार्टी वल्लों तो सांझ नभाइए उन्हां आवाजा दे नाल उन्हां आवाजा दा हुक्म होया और लुधियाना तो साडे बाबा जी इत पहुंचे ने धनबाद करते जी आया खुश आमरीद है कहने की तेरे दराके पैना जिंदगी का मुक्त जाता तेरे दराके पैना जिंदगी का मुक्त जाता हर राह मंजिल का इतने आके रुक जाता मेरी की औकात के पुल जावा तेनू तेरे दराके सिर मल्लम मली चुक जाता आओ सिर चुकाइए अपनी जीबा पवित्र करिए तो सब तो पहला एक मन एक चित होके बोलना है जयकारा शेरावाली का भाई जिन्ना गठ है जिनी शर्द है ओनी आवाज नहीं है साढ़े ताई आप कोशिश करते हैं वैसे मैं ज्यादा हाथ खड़े नहीं करावगा क्योंकि वैसे जरूरी भी है बाद में दसा क्यों हाथ खड़े किए जाते हैं पर उस तो पहले आप हाजिर लगाइए सारे जेरे एक मन इच्छुत हो गए जिन्होंने हाथ वेले ने आ जी हाथ खड़े करिए दादी मां नूं अपने हाथों दियां लकीरां दिखाइए जी सब जन हाँ जी आ जाओ धन्यवाद ਸਾਰਿਆਂ ਦੇ ਹੱਥ ਖੜੇ ਚਾਹੀਦੇ ਐਵੇਂ ਨਹੀਂ ਚਾਹੀਦਾ ਨਾ ਚਾਹੀਦਾ ਨਾ ਚਾਹੀਦਾ ਆਪਾਂ ਟ੍ਰੈਫਿਕ ਨਹੀਂ ਟ੍ਰੈਫਿਕ ਇੰਚਾਰਜ ਜਾਂ ਟ੍ਰੈਫਿਕ ਜਿਹੜੇ ਮੁਲਾਜ਼ਮ ਹੋ ਨਹੀਂ ਬਣਨਾ ਆਪਾਂ ਸ਼ਰਧਾਲੂ ਬਣਨਾ ਦਾਦੀ ਮਾਂ ਦੇ ਚਰਨਾਂ ਵਿੱਚ ਲੱਗਣਾ ਕਿਵੇਂ ਹਾਂਜੀ ਆ ਜਾਓ ਜੀ ਜੈਕਾਰਾ ਸ਼ਰਾਵਾਲੀ ਦਾ ਹੱਥ ਥੱਲੇ ਹੋ ਗਏ ਮੈਗਨ ਸੀਮਨ ਦਾ ਬੋਲਾ ਚੁਕਾਤਾ ਆਓ ਜੀ ਆਓ ਫੁੱਲੀ ਪਾਈ ਇਸਾ ਰਾਹ ਵਿੱਚ ਤੇਰੇ ਕਿਉਂ ਦਾ ਜਾਂਦਾ ਤੱਕਦਾ ਰਵੀ ਆ ਜਾ ਵੇ ਆ ਜਾ ਮਾਹੀ ਤੱਤੜੀ ਦੇ ਵੇੜੇ ਸਹੀ ਉਹਨੇ ਸਾਡੇ ਵੇੜੇ ਇਸ਼ਕ ਜਿਹਾ ਹੈ ਮੈਂ ਯਾਰ ਦਾ ਦੀਵਾਨਾ ਮੇਰਾ ਯਾਰ ਹੀ ਖੁਦਾ ਹੈ ਐਸੀ ਖੁਦਾਈ ਨੂੰ ਸਮਰਪਿਤ ਪਰ ਜਦੋਂ ਭਗਵਾਨ ਸ਼ਿਵ ਕੋਲ ਯਾਦ ਕਰਦੇ ਨੇ ਉਹਨਾਂ ਡਮਰੂ ਸੁਣਾਉਂਦੇ ਨੇ ਤਾਂ ਕਾਇਨਾਤ ਜਿਹੜੀ ਝੂਮਣ ਲੱਗ ਪੈਂਦੀ ਹੈ ਜੋ ਦਾਦੀ ਮਾਂ ਦਾ ਗੁਣਗਾਨ ਹੁੰਦਾ ਹੈ ਤਾਂ ਕਾਇਨਾਤ ਜਿਹੜੀ ਹੈ ਵੱਖਰੀ ਜੀ ਉਹ ਨੂਰ ਆ ਜਾਂਦਾ ਹੈ ਔਰ ਆਓ ਜੋਤ ਦਾ ਨੂਰ ਲਈਏ ਉਹਨਾਂ ਆਵਾਜ਼ਾਂ ਨੂੰ ਤੁਹਾਡੇ ਸਨਮੁਖ ਕਰੀਏ ਔਰ ਖਾਸ ਤੌਰ ਤੇ ਉਹਨਾਂ ਆਵਾਜ਼ਾਂ ਨੇ ਗੁਰੂ ਵੀ ਨੇ ਪਿਤਾ ਵੀ ਨੇ ਜਨਾਬ ਗੁਲਸ਼ਨ ਮੀਰ ਜੀ ਕਹਿੰਦੇ ਕਿ ਜਨਾਬ ਗੁਲਸ਼ਨ ਮੀਰ ਕਰੀ ਇਬਾਦਤ ਜਿਨ ਕਰਦੇ ਲੱਗੇ ਉਹਦੀ ਥੋੜੀ ਜਨਾਬ ਗੁਲਸ਼ਨ ਮੀਰ ਕਰੀ ਇਬਾਦਤ ਜਿਨ ਕਰਦੇ ਲੱਗੇ ਉਹਦੀ ਥੋੜੀ ਰੱਬ ਨੇ ਨਹਿਮਤ ਝੋਲੀ ਪਾਈ ਇਹ ਦੋ ਕੋਇਲਾਂ ਦੀ ਜੋੜੀ ਉਹ ਕੋਇਲਾਂ ਤੁਹਾਡੇ ਸਨਮੁਖ ਹੂਕ ਲਾਉਣ ਦੀ ਦਾਤੀ ਮਨ ਚੰਨਾ ਵੀ ਤੁਹਾਡੀਆਂ ਜ਼ੋਰਦਾਰ ਤਾੜੀਆਂ ਦੇ ਵਿਚਕਾਰ ਜੋਤੀ ਨੂਰਾ ਤੇ ਸੁਲਤਾਨਾ ਹੀਰਾ ਜੀ
ਖਤਮ ਕਰੀਏ ਉਹਨਾਂ ਆਵਾਜ਼ਾਂ ਨੂੰ ਤੁਹਾਡੀ ਮੈਂ ਸਨਮੁਖ ਕਰਾਂ ਬੇਨਤੀਆ ਜੀ ਤੁਹਾਡੀ ਆਵਾਜ਼ ਦੇ ਵਿੱਚ ਗੱਟਸ ਚਾਹੀਦੀ ਹੈ ਦਾਤੀ ਮਾਂ ਨੂੰ ਸਾਖਸ਼ਾਤ ਆਪਾਂ ਇੱਥੇ ਬੁਲਾਉਣਾ ਕਿਵੇਂ ਬੁਲਾਇਆ ਜਾਂਦਾ ਹੈ ਉਹਨਾਂ ਨੂੰ ਯਾਦ ਕਰਕੇ ਇਹ ਵਰਦਾਨ ਹੈ ਜਾਗੇ ਵਿੱਚ ਕਿ ਜਦੋਂ ਸ਼ਰਧਾ ਦੇ ਨਾਲ ਕੋਈ ਭਗਤ ਜਨ ਉਹਨਾਂ ਨੂੰ ਯਾਦ ਕਰਦਾ ਤਾਂ ਉਹ ਕਿਸੇ ਨਾ ਕਿਸੇ ਰੂਪ ਵਿੱਚ ਉੱਥੇ ਵਿਰਾਜਮਾਨ ਹੁੰਦੇ ਨੇ ਉੱਥੇ ਆਉਂਦੇ ਨੇ ਸਿਰਫ ਸਾਡੀ ਅੱਖ ਚਾਹੀਦੀ ਸਾਡੀ ਬੇਨਤੀ ਚਾਹੀਦੀ ਹੈ ਤਾਂ ਉਹ ਬੇਨਤੀ ਲਈ ਦਾਤੀ ਮਾਂ ਚਰਨਾਂ ਦੇ ਨਾਲ ਕਹਿੰਦੇ ਨੇ ਜਕਾਰਾ ਸ਼ਰਵਰੀ ਦਾ ਜੋ ਯਾਰ ਨਾ ਦੇਖੇ ਆ ਆਪਾਂ ਨੂੰ ਉਹ ਯਾਰ ਮੁਬਾਰਕ ਹੁੰਦਾ ਹੈ ਜੋ ਯਾਰ ਨਾ ਦੇਖੇ ਆ ਆਪਾਂ ਨੂੰ ਉਹ ਯਾਰ ਮੁਬਾਰਕ ਹੁੰਦਾ ਹੈ ਜਿਸ ਪਿਆਰ ਦੇ ਵਿੱਚ ਕੋਈ ਗਰਜ਼ ਨਹੀਂ ਉਹ ਪਿਆਰ ਮੁਬਾਰਕ ਹੁੰਦਾ ਹੈ ਜਿਸ ਦਾ ਤੋਂ ਝੋਲੀ ਭਰ ਜਾਵੇ ਉਹ ਦਰਬਾਰ ਮੁਬਾਰਕ ਹੁੰਦਾ ਹੈ ਤਾਂ ਮੁਬਾਰਕ ਦਰਬਾਰ ਤੇ ਹਾਜ਼ਰੀ ਉਹਨਾਂ ਆਵਾਜ਼ਾਂ ਦੀ ਤਾਂ ਮੈਂ ਬੇਨਤੀ ਕਰਾਂਗਾ ਉਹਨਾਂ ਆਵਾਜ਼ਾਂ ਤੁਹਾਡੇ ਸਨਮੁਖ ਹੋਣ ਜੋਤੀ ਨੂਰਾ ਤੇ ਸੁਲਤਾਨਾ ਭੂਰਾ ਜੀ ਇੱਕ ਛੋਟੀ ਜਿਹੀ ਬੇਨਤੀ ਹੈ ਰਾਤ ਹੋ ਗਈ ਚਸ਼ਮਾ ਲਾ ਲਓ ਔਰ ਦੂਸਰੀ ਗੱਲ ਸ਼ਾਂਤੀ ਨਾਲ ਬੈਠਣਾ ਹੈ ਕਿਉਂਕਿ ਜਾਗਰਣ ਹੈ ਮੇਰਾ ਵੀਰ ਨਾ ਕੋਈ ਸਭ ਤੋਂ ਪਹਿਲਾਂ ਜੀ ਸਾਰੀ ਸੰਗਤ ਨੂੰ ਜੈ ਮਾਤਾ ਦੀ ਜੈ ਮਸਤਾਂ ਦੀ ਇੱਕ ਵਾਰੀ ਸਾਰੀ ਸੰਗਤ ਭਾਜੀ ਬੇਨਤੀ ਹੈ ਆਰਾਮ ਦੇ ਨਾਲ ਸੁਣੋ ਸਾਰੀ ਸੰਗਤ ਹੱਥ 'ਚ ਕਰੋ ਸਾਰੇ ਜਣੇ ਹੱਥ 'ਚ ਕਰੋ ਆਓ ਆਪਾਂ ਸਾਰੇ ਮਿਲ ਕੇ ਮਨ ਲਗਾ ਕੇ ਉਹਨਾਂ ਦੀ ਹਾਜ਼ਰੀ ਭਰੀਏ ਸਭ ਤੋਂ ਪਹਿਲਾਂ
ساری سنگت ایک باری ہاتھ اونچا کرو سارے لوگ اشتركوا